ਕਿ ਜਿਹੜਾ ਸੂਰਜ ਪ੍ਰਕਾਸ਼ ਹੈ ਇਹ ਬਿਲਕੁਲ ਪੂਰੇ ਦਾ ਪੂਰਾ ਰੱਦ ਕਰਨਾ ਹੈ। ਤੇ ਇੱਕ ਛੋਟੀ ਜਿਹੀ ਗੱਲ ਇਹਦੇ ਵਿੱਚ ਹੋਰ ਇਹ ਵੀ ਹੈਗੀ ਹੈ, ਜਿਹੜੇ ਕਹਿੰਦੇ ਆ ਕਿ ਜੇ ਸੂਰਜ ਪ੍ਰਕਾਸ਼ ਗ੍ਰੰਥ ਨਾ ਹੋਇਆ, ਜਿਵੇਂ ਜਾਗਰੂਕ ਮਿਸ਼ਨ ਦੀ ਪ੍ਰਚਾਰਕ ਵੀ ਕਹਿੰਦੇ, ਜੇ ਸੂਰਜ ਪ੍ਰਕਾਸ਼ ਗ੍ਰੰਥ ਨਾ ਹੋਇਆ ਤਾਂ ਇਤਿਹਾਸ ਕਿੱਥੋਂ ਪੜ੍ਹਾਂਗੇ। ਅੱਜ ਤੁਸੀਂ ਇਹ ਗੱਲ ਸੋਚ ਕੇ ਵੇਖੋ ਕਿ ਅਸੀਂ ਕਿਹੜੇ ਕੰਮ ਆ ਜਿਹੜੇ ਇਤਿਹਾਸ ਮੁਤਾਬਕ ਕਰ ਰਹੇ ਹਾਂ, ਜੇ ਕਰੋਗੇ ਤਾਂ ਕਿੰਨਾ ਨੁਕਸਾਨ ਹੋਵੇਗਾ ਜਿਹੜਾ ਇਤਿਹਾਸਕ ਘਟਨਾਵਾਂ ਦੇ ਮੁਤਾਬਕ ਕੀਤੇ ਹੋਏ ਕੰਮ। ਜਿਵੇਂ ਬਹੁਤਾ ਇਤਿਹਾਸ ਦੇ ਪੱਖ ਤੋਂ ਜ਼ੋਰ ਲਾਇਆ ਜਾਂਦਾ ਸ਼ਹਾਦਤਾਂ ਦਿੱਤੀਆਂ ਸਿੱਖਾਂ ਨੇ, ਸਾਡਾ ਇਤਿਹਾਸ ਜਿਹੜਾ ਸ਼ਹੀਦਾਂ ਦਾ ਇਤਿਹਾਸ ਹੈ, ਤੇ ਅੱਜ ਜੇ ਤੁਸੀਂ ਸ਼ਹੀਦੀ ਦੇ ਰਾਹ ਤੇ ਹੀ ਸਿੱਖਾਂ ਨੂੰ ਤੋਰਨਾ, ਜੇ ਮੌਤ ਦੇ ਰਾਹ ਤੇ ਹੀ ਤੋਰਨਾ, ਤੇ ਫਿਰ ਸਿੱਖੀ ਦੀ ਚੜ੍ਹਦੀ ਕਲਾ ਦੀ ਆਸ ਰੱਖਣੀ ਕਿਤੇ ਵੀ ਇੰਪੋਸੀਬਲ ਨਹੀਂ ਹੈਗੀ। ਹੁਣੇ ਥੋੜੇ ਟਾਈਮ ਪਹਿਲਾਂ ਮੇਰੇ ਕੋਲ ਇੱਕ ਵੀਡੀਓ ਆਈ ਆ ਇੰਦਰ ਸਿੰਘ ਘੱਗਾ ਜੀ ਦੀ, ਤੇ ਉਹਨਾਂ ਨੇ ਇੱਕ ਵੀਡੀਓ ਦਾ ਨਾਮ ਜਿਹੜਾ ਰੱਖਿਆ ਅੰਨੇ ਸ਼ਹੀਦ, ਕਿ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਜਾਨ ਨੂੰ ਵਾਰ ਦੇਣਾ ਤੇ ਬਾਅਦ ਵਿੱਚ ਉਹਨੂੰ ਕਹਿ ਦੇਣਾ ਕਿ ਸ਼ਹੀਦ ਹੋ ਗਿਆ। ਉਸੇ ਸ਼ਹੀਦ ਦੀਆਂ ਹੱਡੀਆਂ ਦੇ ਉੱਪਰ ਇਹਨਾਂ ਨੇ ਆਪਣੇ ਮਹਿਲ ਉਸਾਰੇ ਆ, ਕਿਉਂਕਿ ਸ਼ਹੀਦੀ ਦੇ ਨਾਮ ਤੇ ਸਾਡੇ ਨਾਲ ਬੜਾ ਧੋਖਾ ਕੀਤਾ ਗਿਆ, ਤੇ ਉਹੀ ਇਤਿਹਾਸ ਸੁਣਾ ਸੁਣਾ ਕੇ ਸਾਨੂੰ ਫਿਰ ਤਿਆਰ ਕੀਤਾ ਗਿਆ, ਫਿਰ ਸਾਨੂੰ ਬਲੀ ਦੇ ਬੱਕਰੀ ਬਣਾਇਆ ਗਿਆ ਹੈਗਾ। ਇਤਿਹਾਸ ਜਿਹੜਾ ਸਾਡਾ ਕਾਹਦੇ ਤੇ ਮਾਣ ਮਹਿਸੂਸ ਕਰਦੇ ਆ ਜੀ, ਸ਼ਹੀਦਾਂ ਤੇ, ਸਾਡੇ ਬਹੁਤ ਸਾਰੇ ਸ਼ਹੀਦ ਹੈ, ਔਰ ਉਸੇ ਸ਼ਹੀਦੀ ਦੇ ਨਾਂ ਤੇ ਅੱਜ ਸਾਨੂੰ ਫਿਰ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ। ਇਹ ਜਿਹੜੇ ਗੌਰਮੈਂਟ ਹੈ, ਜਿਹੜੇ ਇੱਥੋਂ ਦੀ ਬਹੁਗਿਣਤੀ ਹੈ, ਉਹ ਵੀ ਅੱਜ ਸਾਡਾ ਯੂਜ ਇਸੇ ਕਰਕੇ ਹੀ ਕਰਦੀ ਆ, ਸਾਨੂੰ ਲਾਡਲੇ ਪੁੱਤ ਬਣਾ ਕੇ ਰੱਖਦੀ ਹੈ ਕਿ ਸਾਨੂੰ ਫੁੱਲ ਛੂਟਾਂ ਦਿੱਤੀਆਂ ਜਾਂਦੀਆਂ, ਅਸੀਂ ਆਪਣੀ ਮਰਜ਼ੀ ਤੋਂ ਬਾਅਦ ਸਾਨੂੰ ਵਡਿਆ ਕੇ, ਸਾਡੀ ਵਡਿਆਈ ਕਰਕੇ ਤੁਸੀਂ ਬਹੁਤ ਦਲੇਰ ਹੋ, ਤੁਸੀਂ ਬੜੀ ਤਕੜੀ ਕੌਮ ਹੋ, ਉਸ ਇੱਦਾਂ ਜਜ਼ਬਾਤੀ ਕਰਕੇ ਸਾਨੂੰ ਉਸ ਤੋਂ ਬਾਅਦ ਬਾਰਡਰਾਂ 'ਤੇ ਵੀ ਸਾਨੂੰ ਭੇਜਿਆ ਜਾਂਦਾ, ਉਸ ਤੋਂ ਬਾਅਦ ਹਰ ਥਾਂ 'ਤੇ ਮਰਨ ਦੇ ਲਈ ਸਿੱਖਾਂ ਨੂੰ ਹੀ ਭੇਜਿਆ ਜਾਂਦਾ। ਅੱਜ ਸਿੱਖ ਨੂੰ ਸਿਰ ਵਾਰਨ ਦੀ ਨਹੀਂ, ਅੱਜ ਸਿੱਖ ਨੂੰ ਸਿਰ ਯੂਜ਼ ਕਰਨ ਦੀ, ਇਸਤੇਮਾਲ ਕਰਨ ਦੀ ਜ਼ਰੂਰਤ ਹੈਗੀ ਆ। ਇਸ ਤਰੀਕੇ ਦੇ ਨਾਲ ਇਤਿਹਾਸ ਜਿੰਨਾ ਵੀ ਹੈ ਇਹ ਇੱਕ ਸਾਡੇ ਨਾਲ ਬੜਾ ਧੋਖਾ ਕੀਤਾ ਗਿਆ। ਉਸ ਤੋਂ ਬਾਅਦ ਸੂਰਜ ਪ੍ਰਕਾਸ਼ ਤੋਂ ਬਾਅਦ ਵੀ ਜਿਨ੍ਹਾਂ ਲਿਖਾਰੀਆਂ ਨੇ ਲਿਖਿਆ, ਮੇਰੇ ਖਿਆਲ ਦੇ ਵਿੱਚ 1947 ਤੋਂ ਬਾਅਦ ਵਿੱਚ ਬਹੁਤਾ ਇਤਿਹਾਸ ਜਿਹੜਾ ਲਿਖਿਆ ਗਿਆ ਉਹ ਲਿਖਾਰੀਆਂ ਨੇ ਕਾਫੀ ਹੱਦ ਤੱਕ ਉਹਦੇ ਵਿੱਚ ਸੋਧ ਕਰਨ ਦਾ ਯਤਨ ਕੀਤਾ, ਡਾਕਟਰ ਗੰਡਾ ਸਿੰਘ ਜਾਂ ਕਰਮ ਸਿੰਘ ਹਿਸਟੋਰੀਅਨ ਜਾਂ ਹੋਰ ਜਿਹੜੇ ਇਤਿਹਾਸਕਾਰ ਪ੍ਰੋਫੈਸਰ ਸਾਹਿਬ ਸਿੰਘ ਹੋਰ ਕਈਆਂ ਨੇ ਕੋਸ਼ਿਸ਼ ਕੀਤੀ ਉਹਦੇ ਵਿੱਚੋਂ ਠੀਕ ਠੀਕ ਚੁਣਨ ਦੀ, ਪਰ ਅੱਜ ਤੱਕ ਜਿਹੜਾ ਠੀਕ ਵੀ ਚੁਣਿਆ ਗਿਆ ਉਹ ਵੀ ਪੁਜਾਰੀ ਵੱਲ ਹੀ ਲੈ ਕੇ ਜਾ ਰਿਹਾ ਸੀ, ਉਹ ਵੀ ਸਿੱਖੀ ਸਿਧਾਂਤ ਉਲਟ ਲੈ ਕੇ ਜਾ ਰਿਹਾ ਸੀ। ਸੋ ਅੱਜ ਅਸੀਂ ਕਿਹੜੀ ਘਟਨਾ ਹੈ ਜਿਹੜੀ ਇਤਿਹਾਸ ਦੇ ਮੁਤਾਬਕ ਚੱਲਦੇ ਹਾਂ, ਜੇ ਸ਼ਹੀਦੀ ਦੀ ਗੱਲ ਕਰੀਏ ਅੱਜ ਸਾਨੂੰ ਸਿਰ ਵਾਰਨ ਦੀ ਨਹੀਂ ਸਿਰ ਵਰਤਣ ਦੀ ਲੋੜ ਹੈ। ਜੇ ਅਸੀਂ ਗੱਲ ਕਰਦੇ ਹਾਂ ਭੇਖ ਦੀ, ਤਾਂ ਇਸੇ ਭੇਖ ਦੀ ਆੜ ਹੇਠ ਹੀ ਸਾਡਾ ਕਤਲੇਆਮ ਵੀ ਹੋਇਆ ਹੈ। ਜੇ ਅਸੀਂ ਗੱਲ ਕਰਦੇ ਹਾਂ ਕਿ ਇਹ ਸਾਡੀ ਪਹਿਚਾਣ ਹੈ, ਤੇ ਇਹ ਪਹਿਚਾਲ ਸਾਡੀ ਪਹਿਚਾਣ ਸਾਡੇ ਪੰਜਾਬ ਦੇ ਹਾਕਮਾਂ ਦੀ ਵੀ ਹੈ, ਅੱਜ ਉਹ ਵੀ ਆਪਣਾ ਇਹ ਭੇਖ ਦਿਖਾ ਕੇ, ਬਾਬੇ ਨਾਨਕ ਦੀ ਤੱਕੜੀ ਦਿਖਾ ਕੇ ਸਾਡੇ ਤੋਂ ਧਰਮ ਦੇ ਨਾਂ 'ਤੇ ਵੋਟਾਂ ਲੈ ਜਾਂਦੇ ਆ। ਇਹ ਭੇਖ ਦੇ ਨਾਂ 'ਤੇ ਹੀ ਉਹਨਾਂ ਨੇ ਬਾਬੇ ਨਾਨਕ ਦੀ ਉਸੇ ਤੱਕੜੀ ਨੂੰ ਚੱਕਿਆ, ਸਾਡੇ ਸਾਹਮਣੇ ਰੱਖ ਦਿੱਤਾ, ਸਿਰ ਦਸਤਾਰ ਸਜਾਈ ਹੈ, ਦਾੜੇ ਪ੍ਰਕਾਸ਼ ਕੀਤੇ ਹੈ, ਔਰ ਧਰਮ ਦੇ ਪ੍ਰੋਗਰਾਮ ਕਰਵਾ ਕੇ ਅੱਜ ਉਹਨਾਂ ਹੀ ਲੋਕਾਂ ਨੇ ਸਾਡੀਆਂ ਵੋਟਾਂ ਲੈ ਕੇ ਸਾਨੂੰ ਹੀ ਗੁਲਾਮ ਬਣਾਇਆ। ਜੇ ਭੇਖ ਨਾ ਹੁੰਦਾ ਤਾਂ ਕਦੇ ਵੀ ਇਹ ਸਿਸਟਮ ਨਾ ਹੁੰਦਾ। ਸੋ ਜਿੰਨਾ ਵੀ ਕੁਝ ਕੀਤਾ ਜਾ ਰਿਹਾ ਇਤਿਹਾਸ ਨੂੰ ਮੁੱਖ ਰੱਖ ਕੇ, ਉਹ ਸਾਰਾ ਦਾ ਸਾਰਾ ਗੁਰਮਤ ਤੋਂ, ਗੁਰਬਾਣੀ ਤੋਂ ਉਲਟ ਸਾਨੂੰ ਲੈ ਕੇ ਜਾ ਰਿਹਾ। ਅੱਜ ਸਾਨੂੰ ਲੋੜ ਹੈ ਕਿ ਅਸੀਂ ਸ਼ਰਧਾ ਤੋਂ ਬਾਹਰ ਨਿਕਲ ਕੇ ਆਪਣੇ ਦਿਮਾਗ ਨੂੰ ਵਰਤ ਕੇ ਸਾਰੇ ਕਾਰਜ ਕਰੀਏ।